ਅਸਲਾਮੁਆਲਿਕਮ ਜੀ ਕੀ ਹਾਲ ਤੁਹਾਡਾ ਠੀਕ ਹੋ ਸਿਹਤ ਵੀ ਜੇ ਠੀਕ ਹੈ ਜੀ ਅੱਜ ਕੱਲ ਦੀ ਜਿਹੜੀ نسل ਹੈ ਉਹ ਸਾਨੂੰ ਕਹਿੰਦੀ ਹੈ ਕਿ ਤੁਸੀਂ ਸੁਪਰ ਜਨਰੇਸ਼ਨ ਹੋ ਤੇ ਵਾਕਈ ਅਸੀਂ ਸੁਪਰ ਜਨਰੇਸ਼ਨ ਆ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਮੈਂ ਅਕਸਰ ਬਾਲਾਂ ਨੂੰ ਛੋਟੀ ਮੋਟੀ ਗੱਲਾਂ ਸੁਣਾਉਂਦਾ ਰਹਿੰਨਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਨਿੱਕੇ ਬੱਚੇ ਹੁੰਦੇ ਸੀ ਉਦੋਂ ਬੜਾ ਰਿਵਾਜ ਸੀ ਰਿਵਾਜ ਤਾਂ ਘਰ ਹੁਣ ਵੀ ਹੈ ਲੇਕਿਨ ਹੁਣ ذਰਾ ਘਟ ਗਿਆ ਉਦੋਂ ਬਹੁਤ ਜ਼ਿਆਦਾ ਰਿਵਾਜ ਸੀ ਕਿ ਇੱਕ ਦੂਜੇ ਦੇ ਘਰ ਸਾਲਣ ਰੋਟੀ ਖਾਣ ਪੀਣ ਵਾਲੀ ਚਾਹਾਂ ਚਾਵਲ ਫਗਵਾਤਾ ਭੇਜਦੇ ਆ ਲੋਕ ਗਿਫਟ ਤੇ ਰੋਜ਼ਾਨਾ ਦੀ ਬੁਨਿਆਦ ਤੇ ਤੇ ਹੁਣ ਮੈਂ ਨੋਟ ਕੀਤਾ ਵੇਖਿਆ ਲੋਕ ਕੁੜੇ ਭੇਜਦੇ ਜ਼ਰੂਰ ਨੇ ਲੇਕਿਨ ਚੀਜ਼ਾਂ ਘੱਟ ਹੋ ਗਈਆਂ ਨੇ ਤੁਹਾਨੂੰ ਪਤਾ ਹੈ ਸਲਾਬ ਬਹੁਤ ਜ਼ਿਆਦਾ ਆਏ ਨੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਹੋਰ بڑے ਮਾਮਲੇਤ ਹੋ ਗਏ ਨੇ ਤੇ ਮੇਰੀ ਤੁਹਾਡੇ ਸਾਰਿਆਂ ਕੀ ਗੁਦਾਰਸ਼ ਹੈ ਕਿ ਤੁਸੀਂ ਜਦੋਂ ਹਾਂਡੀ ਪਕਾਉਂਦੇ ਹੋ ਨਾ ਇੱਕ ਗਲਾਸ ਪਾਣੀ ਵਿੱਚ ਜ਼ਿਆਦਾ ਪਾ ਲਿਆ ਕਰੋ ਤਾਂ ਕਿ ਸ਼ੋਰਬਾ ਜ਼ਿਆਦਾ ਹੋ ਜਾਏ ਇੱਕ ਅਦਾ ਆਲੂ ਇੱਕ ਅਦਾ ਸ਼ੋਰਬਾ ਆਪਣਿਆਂ ਪੜੋਸੀਆਂ ਨੂੰ ਭੇਜ ਦਿਆ ਕਰੋ ਆਪਣੇ ਜੀਵਦਾ ਕਾਰਬ ਨੂੰ ਰਿਸ਼ਤੇਦਾਰਾਂ ਨੂੰ ਲਾਜ਼ਮੀ ਭੇਜਿਆ ਕਰੋ ਤਾਂ ਕਿ ਬਾਤ ਕੁਤ ਐਸਾ ਹੋ ਸਕਦਾ ਹੈ ਕਿ ਕੋਈ ਚੀਜ਼ ਕਿਸੇ ਦਾ ਖਾਣ ਨੂੰ ਨਹੀਂ ਦਿਲ ਕਰਦਾ ਉਹ ਤੁਹਾਡੀ ਭੇਜੀ ਹੋਈ ਸ਼ਹਿ ਖਾਏਗਾ ਤੁਹਾਨੂੰ ਦਵਾਵਾਂ ਦੇਵੇਗਾ ਤੇ ਇਹ ਸਾਦਤ ਨੂੰ ਜਰਾ ਅਗਰ ਤੁਹਾਡੇ ਚ ਹੈ ਤਾਂ ਬਹੁਤ ਅੱਛੀ ਹੈ ਘਟ ਗਈ ਹੈ ਤੈਨੂੰ ਬਤਾਉ ਸ਼ਾਦ ਰਹੋ ਜੀ ਆਬਾਦ ਰਹੋ ਖੁਦਾ ਹਫਜ਼